ਭਾਈ ਹਰਪ੍ਰੀਤ ਸਿੰਘ ਮੱਖੂ ਜੀ, ਇੱਕ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ, ਕਾਫੀ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ, ਧਰਮ ਪਰਿਵਰਤਨ ਨੂੰ ਲੈ ਕੇ। ਅਤੇ ਹੁਣ ਇਸ ਮੁੱਦੇ ਨੂੰ ਲੈ ਕੇ ਇੱਕ ਸਿੰਗਰ ਨੇ, ਗਾਇਕ ਨੇ ਕਨਈਆ ਮਿੱਤਲ, ਉਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਕੱਢਿਆ ਜਾ ਰਿਹਾ 30 ਜੁਲਾਈ ਨੂੰ, ਧਰਮ ਪਰਿਵਰਤਨ ਨੂੰ ਲੈ ਕੇ, 5000 ਹਿੰਦੂਆਂ ਦੀ ਗੱਡੀਆਂ ਦੇ ਕਾਫਲੇ ਲੈ ਕੇ। ਇਸ ਸਾਰੇ ਤੁਸੀਂ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤੇ ਦੀਪਨ ਜੀ ਤੁਹਾਡਾ ਧੰਨਵਾਦ ਹੀ ਆ ਕਿ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੰਦੇ ਹੋ। ਇੱਕ ਚੀਜ਼ ਮੈਂ ਬੜੀ ਕਲੀਅਰ ਕੱਟ ਕਹਿ ਦੇਣੀ ਚਾਹੁੰਦਾ ਕਿ ਭਾਵੇਂ ਕੁਛ ਸੱਜਣ ਸੁਣਨ ਵਾਲੇ, ਮੈਨੂੰ ਪਤਾ ਕਿ ਮੇਰੇ ਸਮਰਥਕ ਵੀ ਮੇਰਾ ਵਿਰੋਧ ਕਰ ਸਕਦੇ ਆ, ਪਰ ਮੈਂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਾਂਗਾ ਵੀ ਪੂਰੀ ਦੀ ਪੂਰੀ ਇੰਟਰਵਿਊ ਜਿਹੜੀ ਹੈ ਨਾ, ਜਾਂ ਇਹ ਪੂਰੀ ਦੀ ਪੂਰੀ ਜਿਹੜੀ ਗੱਲਬਾਤ ਹੈ, ਇਹਨੂੰ ਸੁਣ ਕੇ ਕਿਸੇ ਨਤੀਜੇ ਤੇ ਆਇਆ ਜੇ। ਇੱਕ ਤੇ ਹੁੰਦਾ ਵੀ ਬਿਨਾਂ ਗੱਲ ਤੋਂ ਉੱਪਰਲਾ ਖਿੰਟ ਵੇਖਿਆ ਤੇ ਭੜਕਾਹਟ ਵਿੱਚ ਆ ਗਿਆ, ਦੇਖੋ ਜੀ ਮਖੂ ਧਰਮ ਪਰਿਵਰਤਨ ਦੇ ਹੱਕ ਦੇ ਵਿੱਚ ਹੈ ਜੀ, ਮਖੂ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਹੈ ਜੀ। ਮੈਂ ਕਹਿੰਦਾ ਨਹੀਂ, ਤੁਸੀਂ ਪੂਰੀ ਗੱਲ ਸੁਣਿਆ ਜੀ ਵੀ ਮੈਂ ਕਹਿਣਾ ਕੀ ਚਾਹੁੰਦਾ। ਹੁਣ ਤੁਸੀਂ ਜਿਹੜੀ ਗੱਲ ਰੱਖੀ ਹੈ, ਬੜੀ ਸੋਹਣੀ ਗੱਲ ਰੱਖੀ ਹੈ ਵੀ ਇੱਕ ਵੀਰ ਨੇ, ਕਨਈਆ ਮਿੱਤਲ ਜੀ ਜੀ, ਤੇ ਉਹਨਾਂ ਦਾ ਕਾਫੀ ਨਾਮ ਹੈ, ਉਹਨਾਂ ਨੇ ਇੱਕ ਬੜੀ ਵੱਡੀ ਇੱਕ 5000 ਗੱਡੀਆਂ ਦੀ, ਮੈਂ ਵੀ ਖਬਰ ਸੁਣੀ ਹੈ ਵੀ 5000 ਗੱਡੀਆਂ ਦੇ ਨਾਲ ਉਹ ਚੰਡੀਗੜ੍ਹ ਦੀ ਧਰਤੀ ਤੋਂ ਕਰੀਬ 50,000 ਬੰਦਾ ਲੈ ਕੇ ਜਾਣਗੇ, ਉਹਨਾਂ ਨੇ ਮੰਗ ਪੱਤਰ ਦੇਣਾ ਹੈ ਨਾ। ਪਰ ਮੈਂ ਇੱਕ ਗੱਲ ਬੜੀ ਕਲੀਅਰ ਕੱਟ ਦੱਸ ਦੇਣੀ ਚਾਹੁੰਦਾ ਵਾਂ ਕਿ ਸੰਵਿਧਾਨ ਤੁਹਾਨੂੰ ਧਰਮ ਚੁਣਨ, ਪ੍ਰਚਾਰ ਪ੍ਰਸਾਰ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਕਰੀਬ ਭਾਰਤ ਦੇ ਹਰ ਨਾਗਰਿਕ ਦੇ ਕੋਲ ਇਹ ਹੱਕ ਹੈ ਵੀ ਉਹ ਆਪਣਾ ਧਰਮ ਜਿਹੜਾ ਆ ਉਹ ਅਪਣਾ ਸਕਦਾ ਹੈ ਤੇ ਜਿਸ ਧਰਮ ਦੇ ਵਿੱਚ ਪੈਦਾ ਹੋਇਆ ਉਸ ਧਰਮ ਨੂੰ ਛੱਡ ਸਕਦਾ ਹੈ ਨਾ। ਪਰ ਦੂਸਰਾ ਪੱਖ ਇਹ ਵੀ ਹੈ ਕਿ ਜਿੱਥੇ ਇਹ ਕਾਨੂੰਨ ਹੈ, ਇਹ ਨਿਯਮ ਹੈ ਕਿ ਹਰ ਬੰਦੇ ਦੇ ਕੋਲ ਇਹ ਆਪਣਾ ਹੱਕ ਹੈ, ਪਰ ਦੂਸਰੇ ਪਾਸੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਕਈ ਐਸੀਆਂ ਭਾਰਤ ਦੀਆਂ ਸਟੇਟ ਨੇ ਜਿੱਥੇ ਧਰਮ ਪਰਿਵਰਤਨ ਬਹੁਤ ਵੱਡੇ ਪੱਧਰ ਦੇ ਉੱਪਰ ਹੋਇਆ ਤੇ ਉਹਨਾਂ ਨੂੰ ਬਕਾਇਦਾ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕਰਨਾ ਪਿਆ ਵੀ ਸਾਡੀ ਇਸ ਸਟੇਟ ਦੇ ਵਿੱਚ ਧਰਮ ਪਰਿਵਰਤਨ ਨਹੀਂ ਹੋਵੇਗਾ, ਹੈ ਨਾ। ਉੱਥੇ ਕਿਸੇ ਧਰਮ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਤੇ ਉਹਨਾਂ ਨੇ ਇਸ ਤਰੀਕੇ ਦੇ ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੇ ਨੇ ਇਹ ਰੌਲਾ ਪਿਆ ਤੇ ਰੌਲਾ ਪੈਣ ਤੋਂ ਬਾਅਦ ਇੱਕ ਕਾਨੂੰਨ ਬਣ ਗਿਆ, ਜਿਨ੍ਹਾਂ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਤੇ ਕਾਫੀ ਐਸੀਆਂ ਜਗ੍ਹਾ ਨੇ, ਹੈ ਨਾ। ਪਰ ਮੇਰੇ ਮਨ ਦੇ ਵਿੱਚ ਦੋ ਤਿੰਨ ਖਿਆਲ ਆਉਂਦੇ ਆ ਵੀ ਜੇ ਤੁਸੀਂ ਐਂਟੀ ਕਨਵਰਜ਼ਨ ਦੀ ਗੱਲ ਕਰਨੀ ਹੈ ਵੀ ਧਰਮ ਬਦਲੀ ਦੇ ਖਿਲਾਫ ਕੋਈ ਤੁਸੀਂ ਗੱਲ ਕਰਨੀ ਹੈ ਤੇ ਤੁਸੀਂ ਐਸੇ ਕਾਨੂੰਨ ਦੀ ਮੰਗ ਕਰ ਲਓ, ਹੈ ਨਾ। ਸਵਾਲ ਇੱਕ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਧਰਮ ਪਰਿਵਰਤਨ ਦੇ ਨਾਲ ਹਿੰਦੂ ਨੂੰ ਜਾਂ ਸਿੱਖ ਨੂੰ ਜਾਂ ਅਦਰ ਕਿਸੇ ਵੀ ਕਮਿਊਨਿਟੀ ਨੂੰ ਬਹੁਤ ਵੱਡਾ ਧਾਰਮਿਕ ਤੌਰ ਤੇ ਨੁਕਸਾਨ ਹੋ ਰਿਹਾ, ਹੈ ਨਾ, ਤੇ ਗੱਡੀਆਂ ਭਜਾਉਣ ਦੇ ਨਾਲੋਂ, ਤੇਲ ਫੂਕਣ ਦੇ ਨਾਲੋਂ ਕਿੰਨਾ ਚੰਗਾ ਹੋਵੇ ਤੁਸੀਂ ਕਾਨੂੰਨ ਦੀ ਮੰਗ ਕਰੋ, ਉਹਦੇ ਵਿੱਚ ਬਕਾਇਦਾ ਹਵਾਲਾ ਦਿੱਤਾ ਜਾ ਸਕਦਾ ਆ, ਹੈ ਨਾ। 1967 ਦੇ ਵਿੱਚ ਉੜੀਸਾ ਦੇ ਵਿੱਚ ਇਹ ਜਿਹੜਾ ਕਾਨੂੰਨ ਬਣਿਆ ਸੀ, ਉਸ ਤੋਂ ਬਾਅਦ ਗੁਜਰਾਤ ਵਿੱਚ ਬਣਿਆ, ਮੱਧ ਪ੍ਰਦੇਸ਼ ਦੇ ਵਿੱਚ ਬਣਿਆ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਬਣਿਆ, ਛੱਤੀਸਗੜ੍ਹ ਦੇ ਵਿੱਚ ਬਣਿਆ, ਝਾਰਖੰਡ ਦੇ ਵਿੱਚ ਬਣਿਆ, ਉੱਤਰਾਖੰਡ ਦੇ ਵਿੱਚ ਬਣਿਆ। ਇਹ ਕਾਫੀ ਐਸੀਆਂ ਥਾਵਾਂ ਨੇ ਜਿਹਦੇ ਵਿੱਚ ਇਸ ਕਿਸਮ ਦੇ ਕਾਨੂੰਨ ਬਣੇ, ਵਿਧਾਨ ਸਭਾ ਦੇ ਵਿੱਚ ਗੱਲਾਂ ਹੋਈਆਂ। ਜੇ ਲੱਗਦਾ ਵੀ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਤੇ ਤੁਸੀਂ ਇਸ ਕਾਨੂੰਨ ਦੀ ਮੰਗ ਕੀਤੀ ਜਾ ਸਕਦੀ ਹੈ, ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਜਾ ਸਕਦਾ, ਆਪੋ ਆਪਣੇ ਇਲਾਕੇ ਦੇ ਤੁਸੀਂ MLA ਨੂੰ ਕਹੋ, ਉਹ ਵਿਧਾਨ ਸਭਾ ਦੇ ਵਿੱਚ ਗੋਵੇ, ਹੋ ਸਕਦਾ ਬਿੱਲ ਪਾਸ ਹੋ ਜਾਵੇ, ਹੈ ਨਾ। ਉਸ ਪਾਸੇ ਦੇਖੋ ਕੋਈ ਨਹੀਂ ਤੁਰਦਾ ਪਿਆ, ਜੇ ਕਾਨੂੰਨ ਹੀ ਬਣ ਗਿਆ ਤੇ ਧਰਮ ਪਰਿਵਰਤਨ ਆਪਣੇ ਆਪ ਹੀ ਰੋਕ ਲੱਗ ਜਾਏਗੀ, ਹੈ ਨਾ। ਉਸ ਪਾਸੇ ਕੋਈ ਨਹੀਂ ਤੁਰਦਾ ਪਿਆ, ਇੱਥੋਂ ਗੱਡੀਆਂ ਭਜਾਵਾਂਗੇ, ਇੱਥੇ ਅਪਣਾਂਗੇ। ਦੇਖੋ ਮੈਂ ਉਸ ਵੀਰ ਦੇ ਖਿਲਾਫ਼ ਨਹੀਂ ਹਾਂ, ਮੈਂ ਪਹਿਲੀ ਗੱਲ ਤੇ ਆਪਣੀ ਦੱਸਣੀ ਚਾਹੁੰਦਾ ਵੀ ਮੈਂ ਹਰਪ੍ਰੀਤ ਸਿੰਘ ਮੱਖੂ ਇਹ ਗੱਲ ਠੋਕ ਵਜਾ ਕੇ ਕਹਿ ਰਿਹਾ ਵਾਂ ਕਿ ਮੈਂ ਧਰਮ ਪਰਿਵਰਤਨ ਦੇ ਖਿਲਾਫ਼ ਹਾਂ ਜਿਹੜਾ। ਪਰ ਕਿਸ ਧਰਮ ਪਰਿਵਰਤਨ ਦੇ ਖਿਲਾਫ਼ ਇਹ ਸਾਨੂੰ ਦੇਖਣਾ ਪਏਗਾ। ਮੈਂ ਜ਼ਬਰੀ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਹਾਂ, ਲਾਲਚ ਜਾਂ ਡਰਾਵੇ ਦੇ ਤਹਿਤ ਜੇ ਕਿਸੇ ਦਾ ਧਰਮ ਪਰਿਵਰਤਨ ਕਰਾਇਆ ਜਾਂਦਾ ਮੈਂ ਉਹਦੇ ਵਿਰੋਧ ਵਿੱਚ ਹਾਂ, ਕਿਸੇ ਦੀ ਮਜਬੂਰੀ ਜਾਂ ਗਰੀਬੀ ਦਾ ਫਾਇਦਾ ਚੁੱਕ ਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਮੈਂ ਉਹਦੇ ਵਿਰੋਧ ਵਿੱਚ ਹਾਂ, ਕਿਸੇ ਬੰਦੇ ਨੂੰ ਧੋਖੇ ਦੇ ਨਾਲ ਜਾਂ ਉਸ ਬੰਦੇ ਦਾ ਮੁੱਲ ਪਾ ਕੇ ਜਾਂ ਉਸ ਬੰਦੇ ਨੂੰ ਖਰੀਦ ਕੇ ਉਹਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਮੈਂ ਉਹਦੇ ਵਿਰੋਧ ਵਿੱਚ ਹਾਂ। ਪਰ ਜੇ ਕੋਈ ਬੰਦਾ ਕਿਸੇ ਧਰਮ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ, ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਜਾਂ ਉਹਦੀ ਮਰਿਆਦਾ ਤੋਂ ਪ੍ਰਭਾਵਿਤ ਹੋ ਕੇ ਆਪਣਾ ਧਰਮ ਪਰਿਵਰਤਨ ਕਰਦਾ ਤੇ ਮੇਰੇ ਖਿਆਲ ਦੇ ਵਿੱਚ ਉਹਨੂੰ ਜਾਣ ਦੇਣਾ ਚਾਹੀਦਾ। ਹੁਣ ਬੜੇ ਧਿਆਨ ਨਾਲ ਗੱਲ ਸੁਣਿਆ ਜੀ, ਜੇ ਮੰਨ ਲਓ ਉਸ ਬੰਦੇ ਨੂੰ ਲੱਗਦਾ ਵੀ ਇਹਨਾਂ ਦੇ ਅਸੂਲ ਬੜੇ ਚੰਗੇ ਨੇ, ਜਾਂ ਜਿਸ ਧਰਮ ਦੇ ਵਿੱਚ ਮੈਂ ਪੈਦਾ ਹੋਇਆ ਵਾਂ ਉੱਥੇ ਬੰਦਿਸ਼ਾਂ ਬਹੁਤ ਜ਼ਿਆਦੀਆਂ ਨੇ, ਜਾਂ ਮੈਂ ਗੁਲਾਮ ਹਾਂ, ਜਾਂ ਆਪਣੇ ਆਪ ਨੂੰ ਉਹ ਵੱਧਾ ਜਿਹਾ ਮਹਿਸੂਸ ਕਰਦਾ, ਉਹਨੂੰ ਲੱਗਦਾ ਵੀ ਮੇਰੇ ਖੰਭ ਵੱਧੇ ਹੋਏ ਨੇ, ਅਸਮਾਨ ਬਹੁਤ ਵੱਡਾ ਆ, ਉਹਨੂੰ ਕਿਸੇ ਤਰੀਕੇ ਮੰਨ ਲਓ ਉਸ ਬੰਦੇ ਨੂੰ ਲੱਗਦਾ, ਤੇ ਫਿਰ ਧੱਕੇ ਦੇ ਨਾਲ ਉਸ ਬੰਦੇ ਨੂੰ ਕਿੰਨੇ ਕੁ ਦਿਨ ਰੱਖ ਲਓਗੇ? ਜੇ ਮੰਨ ਲਓ ਕਿਸੇ ਬੰਦੇ ਨੂੰ ਲੱਗਦਾ ਵੀ ਜਿਸ ਧਰਮ ਦੇ ਵਿੱਚ ਮੈਂ ਪੈਦਾ ਹੋਇਆ ਵਾਂ ਇੱਥੇ ਆਹ ਜਿਹੜੇ ਨਿਯਮ ਨੇ ਇਹ ਮਾਨਵਤਾ ਦੇ ਹੱਕ ਦੇ ਵਿੱਚ ਨਹੀਂ ਜਾਂਦੇ, ਮੰਨ ਲਓ ਕਿਸੇ ਵੀ ਪ੍ਰਕਾਰ ਕਹਿ ਲਈਏ, ਮੈਂ XYZ ਕਿਸੇ ਦੀ ਗੱਲ ਕਰਦਾ ਵਾਂ, ਤੇ ਉਹ ਬੰਦਾ ਆਪਣੀ ਮਰਜ਼ੀ ਦੇ ਨਾਲ ਧਰਮ ਪਰਿਵਰਤਨ ਕਰਨਾ ਚਾਹੁੰਦਾ ਤੇ ਮੇਰੇ ਖਿਆਲ ਦੇ ਵਿੱਚ ਉਹਨੂੰ ਜਬਰੀ ਤੁਸੀਂ ਕਿੰਨੀ ਕੁ ਦੇਰ ਤੱਕ ਰੋਕੋਗੇ? ਉਹਨੂੰ ਜਾਣ ਹੀ ਦੇਣਾ ਚਾਹੀਦਾ ਆ
ਜੇ ਜਾਂ ਫਿਰ ਉਸ ਬੰਦੇ ਦੀ ਜ਼ਬਰਦਸਤ ਕਾਉਂਸਲਿੰਗ ਹੋਣੀ ਚਾਹੀਦੀ ਹੈ, ਕਾਉਂਸਲਿੰਗ ਹੋਵੇ, ਕਾਉਂਸਲਿੰਗ ਦੇ ਵਿੱਚ ਉਹਦੇ ਨਤੀਜੇ ਨਿਕਲਣ। ਜੇ ਕਾਉਂਸਲਿੰਗ ਹੋਣ ਤੋਂ ਬਾਅਦ ਵੀ ਬੰਦਾ ਕਹਿੰਦਾ ਵੀ ਨਹੀਂ ਮੈਨੂੰ ਉਹ ਧਰਮ ਚੰਗਾ ਲੱਗਦਾ, ਮੈਂ ਪਰਿਵਰਤਨ ਕਰਨਾ ਚਾਹੁੰਦਾ ਵਾਂ, ਤੇ ਮੇਰੇ ਖਿਆਲ ਦੇ ਵਿੱਚ ਉਹ ਧਰਮ ਪਰਿਵਰਤਨ ਕਰ ਲੈਣਾ ਚਾਹੀਦਾ, ਪਰ ਮੈਂ ਖਾਸ ਕਰਕੇ ਆਪਣੇ ਸਿੱਖ ਭਰਾਵਾਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਵਾਂ ਕਿ ਸ਼ਾਇਦ ਤੁਹਾਨੂੰ ਉਹ ਘਟਨਾਵਾਂ ਚੇਤੇ ਨੇ ਜੀਆਂ ਜਦੋਂ ਕਿਸੇ ਵੀ ਸਿੱਖ ਨੂੰ ਫੜਿਆ ਜਾਂਦਾ ਹੁੰਦਾ ਸੀ ਨਾ, ਤੇ ਉਹ ਇਹ ਨਹੀਂ ਸੀ ਕਹਿੰਦੇ ਵੀ ਇਹਦੀ ਲੱਤ ਕੱਟ ਦਿਓ, ਇਹਦੀ ਬਾਂਹ ਕੱਟ ਦਿਓ, ਇਹਦਾ ਕੰਨ ਕੱਟ ਦਿਓ, ਇਹਦਾ ਨੱਕ ਕੱਟ ਦਿਓ। ਸਭ ਤੋਂ ਪਹਿਲੀ ਗੱਲ ਹੁੰਦੀ ਸੀ ਇਹਦੇ ਕੇਸ ਕੱਟ ਦਿਓ, ਹੈ ਨਾ। ਤੇ ਜਾਂ ਇਸ ਤਰੀਕੇ ਦੀ ਗੱਲ ਚੱਲਦੀ ਹੁੰਦੀ ਸੀ ਵੀ ਦੇਖ ਅਸੀਂ ਤੈਨੂੰ ਛੱਡਣਾ ਨਹੀਂ, ਅਸੀਂ ਤੈਨੂੰ ਮਾਰ ਦਿਆਂਗੇ, ਤੇਰੇ ਕੋਲ ਇੱਕ ਰਾਹ ਹੈ ਭੱਜਣ ਦਾ, ਵੀ ਇੱਕ ਦਰਵਾਜ਼ਾ ਤੇਰੇ ਵਾਸਤੇ ਆਪਸ਼ਨ ਹੈ, ਖੋਲ ਦਿੰਦੇ ਹਾਂ। ਉਹ ਪੁੱਛਦਾ ਸੀ ਵੀ ਕਿਹੜੀ ਆਪਸ਼ਨ ਹੈ, ਕਹਿੰਦੇ ਤੂੰ ਆਪਣਾ ਧਰਮ ਪਰਿਵਰਤਨ ਕਰ ਲੈ, ਤੂੰ ਸਾਡੇ ਧਰਮ ਦੇ ਵਿੱਚ ਆ ਜਾ। ਦੇਖੋ ਇੱਕ ਚੀਜ਼ ਚੇਤੇ ਰੱਖਿਆ, ਜੇ ਮਾਰਨਾ ਉਹਨਾਂ ਦਾ ਕੰਮ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਵੀ ਬੰਦਾ ਬਹੁਤ ਜ਼ਿਆਦਾ ਯੋਧਾ ਹੈ ਜਾਂ ਬੰਦਾ ਬਹੁਤ ਜ਼ਿਆਦਾ ਨੀਤੀਵਾਨ ਹੈ ਜਾਂ ਬੰਦਾ ਬਹੁਤ ਜ਼ਿਆਦਾ ਸਿਆਣਕ ਹੈ, ਉਹਨੂੰ ਆਪਸ਼ਨ ਦਿੰਦੇ ਸੀ ਵੀ ਆ ਸਾਡੇ ਵਿੱਚ ਆ, ਵੀ ਜੇ ਯੋਧਾ ਤੇ ਤਾਂ ਸਾਡੇ ਵਿੱਚ ਆ ਜੇ, ਜੇ ਬਹੁਤ ਜ਼ਿਆਦਾ ਬਲਵਾਨ ਹੈ ਤਾਂ ਸਾਡੇ ਵਿੱਚ ਆ ਜੇ, ਜੇ ਨੀਤੀਵਾਨ ਹੈ ਤਾਂ ਸਾਡੇ ਵਿੱਚ ਆ ਜੇ, ਜੇ ਸਿਆਣਾ ਤਾਂ ਸਾਡੇ ਵਿੱਚ ਆ ਜੇ, ਜੇ ਵਿਦਵਾਨ ਹੈ ਤਾਂ ਸਾਡੇ ਵਿੱਚ ਆ ਜੇ। ਜਦੋਂ ਦੇਖਦੇ ਸੀ ਬੰਦਾ ਕਿਸੇ ਵੀ ਤਰੀਕੇ ਸਾਡੇ ਵਿੱਚ ਨਹੀਂ ਆ ਰਿਹਾ, ਤੇ ਉਹ ਬਾਅਦ ਵਿੱਚ ਉਸ ਬੰਦੇ ਨੂੰ ਮਾਰਿਆ ਜਾਂਦਾ ਸੀ, ਪਰ ਮਾਰਨ ਤੋਂ ਪਹਿਲਾਂ ਬੰਦੇ ਨੂੰ ਲਾਲਚ ਦਿੱਤੇ ਜਾਂਦੇ ਹੁੰਦੇ ਸੀ, ਬੰਦੇ ਨੂੰ ਡਰਾਵੇ ਦਿੱਤੇ ਜਾਂਦੇ ਹੁੰਦੇ ਸੀ, ਤੇ ਬੜੀ ਵੱਡੀ ਆਫਰ ਦਿੱਤੀ ਜਾਂਦੀ ਹੁੰਦੀ ਸੀ ਧਰਮ ਪਰਿਵਰਤਨ ਦੀ, ਕਿ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ, ਕਿਸੇ ਵੇਲੇ ਸਰਹੰਦ ਹੁੰਦੀ ਸੀ ਹਨਾ, ਸਰਹੰਦ ਦੀ ਧਰਤੀ ਤੇ ਕੀ ਕਦੇ ਆਫਰ ਨਹੀਂ ਸੀ ਦਿੱਤੀ ਗਈ ਵੀ ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਵੋ ਤੇ ਅਸੀਂ ਤੁਹਾਨੂੰ ਸਭ ਕੁਝ ਦੇ ਦਿੰਦੇ ਹਾਂ, ਤੁਹਾਨੂੰ ਰਾਜਭਾਗ ਵੀ ਦੇ ਦਿੰਦੇ ਹਾਂ, ਤੁਹਾਨੂੰ ਸਾਰਾ ਕੁਝ ਹੀ ਦੇ ਦਿੰਦੇ ਹਾਂ। ਪਰ ਸਾਹਿਬਜ਼ਾਦਿਆਂ ਨੇ ਉਹ ਨਿਉਤਾ ਸਵੀਕਾਰ ਨਹੀਂ ਸੀ ਕੀਤਾ, ਹੈ ਨਾ। ਇੱਥੇ ਤੇ ਮੈਂ ਸਿੱਖ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਦੂਜੇ ਪਾਸੇ ਜਿਹੜੇ ਸਾਡੇ ਵੀਰ, ਦੇਖੋ ਮੈਂ ਕਿੰਤੂ ਨਹੀਂ ਕਰਦਾ, ਮੈਂ ਉਹਨਾਂ ਨੂੰ ਅੱਜ ਵੀ ਕਹਿਣਾ ਮੈਂ ਤੁਹਾਡੇ ਨਾਲ ਹਾਂ, ਤੁਹਾਡੀ ਇਹ ਸੋਚ ਦੇ ਮੈਂ ਨਾਲ ਹਾਂ ਵੀ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ, ਪਰ ਤੁਹਾਡੇ ਤਰੀਕੇ ਦੇ ਨਾਲ ਨਹੀਂ, ਕਿਉਂਕਿ ਮੈਨੂੰ ਲੱਗਦਾ ਜਿਹੜਾ ਬੰਦਾ, ਇੱਕ ਗੱਲ ਦੱਸੋ, ਮੰਨ ਲਓ ਕਿਸੇ ਵੀ ਤਰੀਕੇ, ਆਪਾਂ ਕਿਸੇ ਧਰਮ ਦਾ ਨਾਮ ਨਹੀਂ ਲੈ ਰਹੇ, ਜਿਹੜੇ ਬੰਦੇ ਨੂੰ ਲੱਗਦਾ ਵੀ ਇੱਥੇ ਮੇਰਾ ਬੱਚਾ ਫ੍ਰੀ ਪੜ੍ਹਦਾ ਪਿਆ, ਜਾਂ ਜਿਸ ਬੰਦੇ ਨੂੰ ਲੱਗਦਾ ਵੀ ਇਹ ਲੋਕ ਮੇਰੇ ਰੁਜ਼ਗਾਰ ਦੇ ਸਾਧਨ ਬਣਾਉਂਦੇ ਪਏ ਨੇ, ਜਾਂ ਜਿਸ ਬੰਦੇ ਨੂੰ ਲੱਗਦਾ ਵੀ ਮੇਰੇ ਘਰ ਦੇ ਵਿੱਚ ਫਲਾਣਾ ਆਟਾ ਦੇ ਕੇ ਜਾਂਦਾ, ਮੰਨ ਲਓ, ਹਨਾ, ਉਹਨੂੰ ਕੀ ਫਰਕ ਪੈਂਦਾ? ਉਹ ਕਹਿੰਦਾ ਮੇਰੇ ਵੱਲੋਂ ਤੁਸੀਂ ਜਿੱਥੇ 5,000 ਗੱਡੀ ਲੈ ਕੇ ਜਾਣੀ, 10,000 ਗੱਡੀ ਲੈ ਕੇ ਜਾਓ, ਮੈਂ ਤੇ ਜਿੱਥੇ ਜੁੜਿਆ ਮੈਂ ਤੇ ਜੁੜਿਆ ਨਾ, ਹਨਾ, ਮੈਨੂੰ ਤੇ ਜਿੱਥੇ ਸਹੀ ਲੱਗਦਾ ਮੈਂ ਤੇ ਕਰੀ ਜਾਂਦਾ ਪਿਆ ਵਾਂ। ਸੋ ਕਿੰਨਾ ਚੰਗਾ ਹੋਵੇ ਵੀ ਅਸੀਂ ਗੱਡੀਆਂ ਭਜਾਉਣ ਦੇ ਨਾਲੋਂ, ਬੰਦੇ ਇਕੱਠੇ ਕਰਨ ਦੇ ਨਾਲੋਂ ਦੋ ਕੰਮ ਕੀਤੇ ਜਾ ਸਕਦੇ ਨੇ, ਜਾਂ ਤੇ ਹਵਾਲਾ ਦੇ ਕੇ ਵੀ ਆ ਆ ਆ ਸਟੇਟ ਦੇ ਵਿੱਚ ਐਂਟੀ ਕਨਵਰਜ਼ਨ ਵੀ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਬਣੇ ਨੇ, ਅਸੀਂ ਚਾਹੁੰਦੇ ਹਾਂ ਵੀ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਇਹ ਕਾਨੂੰਨ ਬਣ ਜਾਵੇ, ਹੈ ਨਾ, ਜਾਂ ਤੇ ਇਹ ਗੱਲ ਕਰ ਲਵੋ, ਇਹਦੇ ਨਾਲ ਸਾਰਾ ਮਸਲਾ ਹੱਲ ਹੋ ਜਾਵੇਗਾ। ਨੰਬਰ ਦੋ, ਹੁਣ ਤੁਸੀਂ ਪੁੱਛੋਗੇ ਵੀ ਇੱਥੇ ਤੁਹਾਡਾ ਕੀ ਹੈ, ਮੈਂ ਨਹੀਂ ਚਾਹੁੰਦਾ ਕਿ ਇਸ ਤਰੀਕੇ ਦਾ ਕੋਈ ਕਾਨੂੰਨ ਬਣੇ, ਹੁਣ ਬੜੀ ਵੱਡੀ ਗੱਲ ਆਵੇਗੀ, ਤੁਹਾਡੇ ਮਨ ਦੇ ਵਿੱਚ ਵੀ ਖਿਆਲ ਆਵੇਗਾ ਵੀ ਮਖੂ ਦੀ ਸਮਝ ਨਹੀਂ ਲੱਗ ਰਹੀ ਵੀ ਹੈ ਕਿਹੜੇ ਪਾਸੇ ਹੈ। ਜੇ ਤੁਸੀਂ ਇਸ ਤਰੀਕੇ ਦਾ ਮੰਨ ਲਓ ਕਾਨੂੰਨ ਬਣਾ ਦਿੰਦੇ ਹੋ ਵੀ ਕੋਈ ਵੀ ਬੰਦਾ ਆਪਣਾ ਧਰਮ ਪਰਿਵਰਤਨ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ, ਹੈ ਨਾ, ਤੇ ਜੇ ਕਾਨੂੰਨ ਬਣ ਜਾਂਦਾ ਤੇ ਤੁਹਾਡੀ ਧਾਰਮਿਕ ਆਜ਼ਾਦੀ ਤੇ ਡਾਕਾ ਪੈ ਜਾਂਦਾ ਹੈ, ਤੁਹਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਇੱਕ ਬਹੁਤ ਵੱਡਾ ਡਾਕਾ ਪੈ ਜਾਂਦਾ ਹੈ, ਤੁਸੀਂ ਆਪਣੀ ਮਨ ਮਰਜ਼ੀ ਨਾਲ ਧਰਮ ਤਬਦੀਲ ਨਹੀਂ ਕਰ ਸਕਦੇ। ਹੁਣ ਜੇ ਇਹ ਗੱਲ ਕਰਨੀ ਹੈ ਤੇ ਮੈਂ ਥੋੜਾ ਜਿਹਾ ਵੀਰਾਂ ਨੂੰ ਕੁਝ ਨੂੰ ਪੁੱਛਣਾ ਚਾਹੁੰਦਾ ਵਾਂ, ਡਾਕਟਰ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਕਿਹਾ ਜਾਂਦਾ ਆ, ਉਹਨਾਂ ਨੇ 1956 ਦੇ ਵਿੱਚ ਆਪਣੀ ਪ੍ਰਤਿਗਿਆ ਲਈ ਸੀ ਨਾਗਪੁਰ ਦੀ ਧਰਤੀ ਦੇ ਉੱਪਰ, ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਸੀ, ਉਹ ਬੋਧੀ ਬਣ ਗਏ ਸੀ ਜੀ, ਹੈ ਨਾ। ਜੇ ਦੂਜੀ ਗੱਲ ਆਪਾਂ ਕਰੀਏ, ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅਰਥ ਕੀਤੇ ਨੇ, ਜਿਹੜਾ ਦਰਬਾਰ ਸਾਹਿਬ ਦੇ ਤੋਂ ਹੁਕਮਨਾਮਾ ਆਉਂਦਾ ਹੈ ਨਾ, ਤੇ ਉਸ ਹੁਕਮਨਾਮੇ ਦੇ ਜਿਹੜੇ ਅਰਥ ਲਿਖੇ ਜਾਂਦੇ ਨੇ, ਜੋ ਪੂਰੇ ਵਿਸ਼ਵ ਦੇ ਵਿੱਚ ਵਿਖਾਏ ਜਾਂਦੇ ਨੇ, ਉਹ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਕੀਤੇ ਹੋਏ ਨੇ, ਹੈ ਨਾ। ਤੇ ਉਹਨਾਂ ਦਾ ਪਹਿਲਾ ਨਾਮ ਨੱਥੂ ਰਾਮ ਸੀ, ਉਹ ਵੀ ਧਰਮ ਪਰਿਵਰਤਨ ਕਰਕੇ ਸਿੱਖੀ ਦੇ ਵਿੱਚ ਆਏ ਆ। ਜੇ ਇਹ ਤੇ ਮੈਂ ਸਿੱਖਾਂ ਦੇ ਬਹੁਤ ਵੱਡੇ ਨਾਮ ਲੈ ਰਿਹਾ ਵਾਂ, ਪ੍ਰੋਫੈਸਰ ਸਾਹਿਬ ਸਿੰਘ ਦਾ ਜਿਵੇਂ ਨਾਮ ਮੈਂ ਲਿਆ ਆ, ਵੀ ਉਹ ਪ੍ਰੋਫੈਸਰ ਸਾਹਿਬ ਸਿੰਘ ਹਿੰਦੂ ਪਰਿਵਾਰਾਂ ਦੇ ਵਿੱਚੋਂ ਸਿੱਖੀ ਦੇ ਵਿੱਚ ਆਏ ਆ। ਜੇ ਦੂਜੀ ਗੱਲ ਕਰੀਏ ਮਾਸਟਰ ਤਾਰਾ ਸਿੰਘ ਦੀ, ਇਹ ਵੀ ਧਰਮ ਪਰਿਵਰਤਨ ਕਰਕੇ ਸਿੱਖੀ ਦੇ ਵਿੱਚ ਆਏ ਆ। ਹੁਣ ਤੀਜੀ ਮੈਂ ਜੇ ਗੱਲ ਕਰਾਂ ਭਗਤ ਪੂਰਨ ਸਿੰਘ ਜੀ ਦੀ, ਜਿਹੜੇ ਆਲ ਇੰਡੀਆ ਪਿੰਗਲਵਾੜੇ ਦੇ ਬਾਨੀ ਨੇ, ਤੇ ਉਹਨਾਂ ਨੇ ਵੀ ਧਰਮ ਪਰਿਵਰਤਨ ਕਰਕੇ ਸਿੱਖੀ ਦੇ ਵਿੱਚ ਆਏ ਆ। ਸੋ ਜੇ ਤੁਸੀਂ ਇਸ ਤਰੀਕੇ ਦੀ ਪਾਬੰਦੀ ਲਾ ਦਿਓਗੇ ਵੀ ਧਰਮ ਕੋਈ ਬੰਦਾ ਆਪਣੀ ਮਨ ਮਰਜ਼ੀ ਨਾਲ ਪਰਿਵਰਤਨ ਨਹੀਂ ਕਰ ਸਕਦਾ, ਇਹ ਤੇ ਪੰਜਾਬ ਹਰਿਆਣੇ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਕਾਨੂੰਨ ਬਣ ਗਿਆ, ਤੇ ਮੇਰੇ ਖਿਆਲ ਦੇ ਵਿੱਚ ਧਾਰਮਿਕ ਆਜ਼ਾਦੀ ਦੇ ਉੱਪਰ ਤੁਹਾਡੇ ਡਾਕਾ ਪਵੇਗਾ। ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਵੀ ਇਸ ਤਰੀਕੇ ਦਾ ਕਾਨੂੰਨ ਬਣੇ, ਪਰ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਵੀ ਨਹੀਂ ਹਾਂ ਵੀ ਕਿਸੇ ਬੰਦੇ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਹਦਾ ਧਰਮ ਪਰਿਵਰਤਨ ਕਰਵਾਓ।
ਜਾਂ ਉਹਨੂੰ ਲਾਲਚ ਡਰਾਵੇ ਦੇ ਕੇ ਜਾਂ ਉਹਨੂੰ ਧੋਖੇ ਦੇ ਵਿੱਚ ਰੱਖ ਕੇ ਜਾਂ ਕਿਸੇ ਤਰੀਕੇ ਜ਼ਬਰੀ ਵੀ ਕਿਸੇ ਬੰਦੇ ਦਾ ਧਰਮ ਜਿਹੜਾ ਪਰਿਵਰਤਨ ਹੋਣਾ ਚਾਹੀਦਾ। ਮੈਂ ਇਹਨਾਂ ਗੱਲਾਂ ਦੇ ਹੱਕ ਦੇ ਵਿੱਚ ਨਹੀਂ ਹਾਂ। ਹੁਣ ਰਹੀ ਗੱਲ ਜਿਹੜੇ ਸਾਡੇ ਵੀਰ ਗੱਡੀਆਂ ਲੈ ਕੇ ਜਾ ਰਹੇ ਨੇ, ਮੈਂ ਕਹਿੰਦਾ ਵੀ ਗੱਡੀਆਂ ਦਾ ਕਾਫਲਾ ਲੈ ਕੇ ਜਾਣ ਦੇ ਨਾਲੋਂ ਇਹ ਵੀਰ ਬੈਠ ਕੇ ਸਿਆਣੇ, ਮੈਂ ਕਹਿੰਦਾ ਵਿੱਚ ਸਿੱਖ ਭਰਾਵਾਂ ਨੂੰ ਵੀ ਲੈਣ, ਹਿੰਦੂ ਭਰਾ ਤੇ ਹੈਗੇ ਨੇ ਨਾ, ਉਹਦੇ ਵਿੱਚ ਜਿਹੜੇ ਸਿੱਖ ਚਿੰਤਕ ਨੇ ਜਾਂ ਜਿਹਨਾਂ ਨਾਲ ਇਹਨਾਂ ਦੀ ਬਣ ਆਉਂਦੀ ਹੈ ਉਹਨਾਂ ਨੂੰ ਵੀ ਬਿਠਾਉਣ, ਇਹਦੇ ਤੇ ਮੰਥਨ ਹੋਵੇ, ਇਹਦੇ ਤੇ ਵਿਸ਼ਲੇਸ਼ਣ ਹੋਵੇ ਵੀ ਜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਤੇ ਕਿਉਂ ਹੋ ਰਿਹਾ, ਫਿਰ ਇਹ ਵੇਖਿਆ ਜਾਵੇ ਕਿਹੜੇ ਇਲਾਕਿਆਂ ਵਿੱਚ ਹੋ ਰਿਹਾ, ਫਿਰ ਇਹ ਵੇਖਿਆ ਜਾਵੇ ਵੀ ਕਿਹੜੇ ਪਰਿਵਾਰਾਂ ਵਿੱਚ ਹੋ ਰਿਹਾ, ਉਹ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਵਿੱਚ ਹੋ ਰਿਹਾ, ਮੱਧ ਵਰਗੀ ਪਰਿਵਾਰਾਂ ਦੇ ਵਿੱਚ ਹੋ ਰਿਹਾ ਕਿ ਬਹੁਤੇ ਅਮੀਰ ਪਰਿਵਾਰਾਂ ਦੇ ਵਿੱਚ ਹੋ ਰਿਹਾ, ਹਨਾ। ਕਿਉਂਕਿ ਦੇਖੋ ਜੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਦੀਆਂ ਲੋੜਾਂ ਮਜਬੂਰੀਆਂ ਆਪਣੀਆਂ ਨੇ, ਜੇ ਕੋਈ ਮੱਧ ਵਰਗੀ ਪਰਿਵਾਰ ਹੈ ਉਹਨਾਂ ਦੀਆਂ ਲੋੜਾਂ ਮਜਬੂਰੀਆਂ ਆਪਣੀਆਂ ਨੇ, ਜੇ ਕੋਈ ਅਮੀਰ ਹੈ ਉਹਦੀਆਂ ਲੋੜਾਂ ਮਜਬੂਰੀਆਂ ਆਪਣੀਆਂ ਹੋਣਗੀਆਂ। ਫਿਰ ਉੱਥੇ ਮੰਥਨ ਕੀਤਾ ਜਾਣਾ ਚਾਹੀਦਾ ਵੀ ਜੇ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਹੈ ਜਾਂ ਸਨਾਤਨ ਨੂੰ ਛੱਡਿਆ ਜਾਂ ਸਿੱਖੀ ਨੂੰ ਛੱਡਿਆ ਵੀ ਇਹਦਾ ਕਾਰਨ ਕੀ ਸੀ, ਕਿਤੇ ਸਾਡੇ ਪ੍ਰਚਾਰ ਦੇ ਵਿੱਚ ਘਾਟ ਤੇ ਨਹੀਂ ਰਹਿ ਗਈ, ਅਸੀਂ ਆਪਣੇ ਧਰਮ ਦਾ ਜੋ ਇੱਕ ਬੱਚੇ ਨੂੰ ਸੁਣ ਕੇ ਪ੍ਰਾਊਡ ਹੋਣਾ ਸੀ ਹੋ ਸਕਦਾ ਅਸੀਂ ਦੱਸ ਹੀ ਨਹੀਂ ਪਾਏ। ਮੰਨ ਲਓ ਜੇ ਮੈਂ ਗੱਲ ਕਰਾਂ ਤੇ ਮੈਂ ਕਿਤੇ ਨਾ ਕਿਤੇ ਉਹਦੇ ਵਿੱਚ ਆਪਣਾ ਫੇਲੀਅਰ ਮੰਨਦਾ ਵਾਂ, ਮੈਂ ਸਾਡੀਆਂ ਵੱਡੀਆਂ ਸੰਸਥਾਵਾਂ ਦਾ ਫੇਲੀਅਰ ਮੰਨਦਾ ਵਾਂ ਵੀ ਜੇ ਮੰਨ ਲਓ ਕਿਸੇ ਏਰੀਏ ਵਿੱਚ ਧਰਮ ਪਰਿਵਰਤਨ ਹੋਇਆ ਤੇ ਸਾਨੂੰ ਇਹ ਵੇਖਣਾ ਪਿਆ ਸੀ ਵੀ ਲੋਕੀ ਇਸ ਧਰਮ ਦੇ ਵਿੱਚ ਮੰਨ ਲਓ ਪੈਦਾ ਹੋਏ, ਇਹਨਾਂ ਨੇ ਇਹ ਧਰਮ ਕਿਉਂ ਛੱਡਿਆ, ਹੈਨਾ। ਕਾਉਂਸਲਿੰਗ ਤੇ ਹੋਣੀ ਚਾਹੀਦੀ ਕਿ ਨਹੀਂ? ਮੈਂ ਕਹਿੰਦਾ ਤੁਸੀਂ ਇਹ ਗੱਲ ਕਰਦੇ ਹੋ, ਮੈਂ ਤੇ ਇੱਥੋਂ ਤੱਕ ਵੀ ਕਹਿਣਾ ਵਾਂ ਵੀ ਭਾਵੇਂ ਕੋਈ ਗੈਂਗਸਟਰ ਹੈ, ਮੰਨ ਲਓ ਉਹਨੇ ਕਿੱਡਾ ਵੱਡਾ ਅਪਰਾਧ ਕੀਤਾ, ਹੈਨਾ, ਆਪਾਂ ਕਹਿ ਦਿੰਦੇ ਹਾਂ ਪੁਲਿਸ ਦੀ ਗੋਲੀ ਦੇ ਨਾਲ ਮਾਰ ਦਿੱਤਾ ਗਿਆ। ਦੇਖੋ ਮੈਨੂੰ ਮਾਫ਼ ਕਰ ਦਿਆ ਜੇ ਮੈਂ ਪੁਲਿਸ ਤੇ ਕਿੰਤੂ ਨਹੀਂ ਕਰਦਾ, ਪਰ ਮੈਂ ਕਹਿੰਦਾ ਵੀ ਕਿੰਨਾ ਚੰਗਾ ਹੋਵੇ ਵੀ ਉਹਨੂੰ ਜਿਉਂਦਾ ਫੜਿਆ ਜਾਵੇ, ਕਾਉਂਸਲਿੰਗ ਕੀਤੀ ਜਾਵੇ ਵੀ ਆਖਿਰਕਾਰ ਇਹ ਤੂੰ ਇਸ ਰਾਹ ਤੇ ਪਿਆ ਕਿਉਂ ਹੈ, ਤੈਨੂੰ ਇਹ ਰਾਹ ਅਪਣਾਉਣਾ ਕਿਉਂ ਪਿਆ, ਤੇਰੇ ਹੱਥ ਵਿੱਚ ਇਸ ਉਮਰ ਦੇ ਵਿੱਚ ਕਲਮ ਹੋਣੀ ਚਾਹੀਦੀ ਸੀ, ਤੂੰ IAS ਬਣਦਾ IPS ਬਣਦਾ, ਤੂੰ ਬੰਦੂਕ ਕਿਉਂ ਚੁੱਕੀ ਹੈ, ਜਦਕਿ ਦੇਸ਼ ਦੀ ਰਕਸ਼ਾ ਦੇ ਵਾਸਤੇ ਫੌਜ ਹੈ, ਵੀ ਤੂੰ ਇਹ ਕੰਮ ਕਿਉਂ, ਉਹ ਸਵਾਲ ਕੀਤੇ ਜਾ ਸਕਦੇ ਸੀ। ਉਹ ਕੀ ਜਵਾਬ ਦਿੰਦਾ ਹੈ, ਉਹਦੇ ਜਵਾਬਾਂ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੁੰਦੇ ਹੋ, ਇਹ ਸਾਰਾ ਮਸਲਾ ਆ ਗਿਆ ਬਾਤ ਦਾ ਦੀਪਨ ਜੀ, ਹੈਨਾ। ਜੇ ਧਰਮ ਪਰਿਵਰਤਨ ਹੋਇਆ ਤੇ ਇਹ ਗੱਡੀਆਂ ਚੁੱਕ ਕੇ ਸਾਨੂੰ ਸਿਆਣੇ ਬੰਦੇ ਚਿੰਤਕ ਬੰਦੇ ਇਹਦੇ ਵਿੱਚ ਵੀ ਟੀਮ ਬਣਨ, ਇੱਕੋ ਬੰਦੇ ਨੇ ਜਿਹੜੇ ਪ੍ਰਚਾਰ ਕਰ ਸਕਦੇ ਨੇ, ਹੈਨਾ, ਮੰਨ ਲਓ ਇੱਕ ਬੰਦੇ ਟਾਈਮ ਦੇ ਸਕਦੇ ਨੇ ਪਰ ਮਾਇਆ ਨਹੀਂ ਦੇ ਸਕਦੇ, ਇੱਕ ਬੰਦੇ ਉਹ ਨੇ ਜਿਹੜੇ ਮਾਇਆ ਦੇ ਸਕਦੇ ਨੇ ਟਾਈਮ ਨਹੀਂ ਦੇ ਸਕਦੇ, ਇੱਕ ਟੀਮ ਵਰਕ ਬਣਾ ਲਓ, ਇੱਕ ਕਹਿੰਦਾ ਵੀ ਖਰਚਾ ਮੈਂ ਕਰਾਂਗਾ, ਦੂਜਾ ਕਹਿੰਦਾ ਜੀ ਟਾਈਮ ਮੈਂ ਦੇ ਸਕਦਾ ਵਾਂ, ਹੈਨਾ। ਉਸ ਤਰੀਕੇ ਦੇ ਨਾਲ ਉੱਥੇ ਉਹਨਾਂ ਲੋਕਾਂ ਦੀ ਲੋੜ, ਜੇ ਉਹਨਾਂ ਨੂੰ ਉਸ ਏਰੀਏ ਦੇ ਵਿੱਚ ਇੱਕ ਸਕੂਲ ਚਾਹੀਦਾ, ਉੱਥੇ ਵਧੀਆ ਸਕੂਲ ਖੋਲ੍ਹਿਆ ਜਾ ਸਕਦਾ, ਜੋ ਲੋਕ ਕਹਿੰਦੇ ਵੀ ਸਾਨੂੰ ਇੱਥੇ ਆਹ ਸਹੂਲਤਾਂ ਚਾਹੀਦੀਆਂ ਨੇ ਉਹ ਪ੍ਰੋਵਾਈਡ ਕਰਵਾਈਆਂ ਜਾ ਸਕਦੀਆਂ, ਜ਼ਰੂਰੀ ਨਹੀਂ ਵੀ ਸਾਰੀਆਂ ਅਸੀਂ ਹੀ ਪ੍ਰੋਵਾਈਡ ਕਰਵਾਉਣੀਆਂ ਨੇ, ਹੋ ਸਕਦਾ ਉਸ ਇਲਾਕੇ ਦੇ MLA ਤੇ ਜ਼ੋਰ ਪਾ ਕੇ ਵੀ ਪ੍ਰੋਵਾਈਡ ਕਰਵਾਈਆਂ ਜਾ ਸਕਦੀਆਂ ਨੇ, ਜਿਹੜੇ ਕੰਮ ਸਰਕਾਰ ਨੇ ਕਰਨੇ ਨੇ ਉਹ ਕੰਮ ਸਰਕਾਰ ਦੇ ਕੋਲੋਂ ਕਰਵਾਏ ਜਾਣ ਤੇ ਜਿਹੜੇ ਕੰਮ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਕਰ ਦਿਓ, ਹੈਨਾ। ਇਸ ਤਰੀਕੇ ਨਾਲ ਕੰਮ ਹੋਣੇ ਚਾਹੀਦੇ ਨੇ। ਮੇਰਾ ਮੰਨਣਾ ਇਹ ਹੈ ਵੀ ਗੱਡੀਆਂ ਭਜਾਇਆ ਜਾਂ ਕਿਸੇ ਤਰੀਕੇ ਮੰਗ ਪੱਤਰ ਦਿੱਤੀਆਂ ਮਸਲਾ ਹੱਲ ਨਹੀਂ, ਜਾਂ ਤੇ ਦੋ ਤਿੰਨ ਤਰੀਕੇ ਨੇ, ਜਾਂ ਤੇ ਮੰਗ ਕਰ ਦਿਓ ਵੀ ਕਾਨੂੰਨ ਬਣ ਜਾਵੇ, ਜੇ ਕਾਨੂੰਨ ਵੀ ਬਣਾਉਣਾ ਚਾਹੁੰਦੇ ਤੇ ਫਿਰ ਤੁਸੀਂ ਇਹ ਵੇਖੋ ਵੀ ਛੱਡਿਆ ਕਿਉਂ, ਸਾਡੇ ਵਿੱਚ ਘਾਟ ਕੀ ਐਸੀ ਪੈ ਗਈ, ਅਸੀਂ ਆਪਣੇ ਜਿਹੜੇ ਏਡੇ ਉੱਚੇ ਸੁੱਚੇ ਸਾਡੇ ਅਸੂਲ ਨੇ ਅਸੀਂ ਦੱਸਣ ਦੇ ਵਿੱਚ ਨਾਕਾਮਯਾਬ ਹੋਏ ਹਾਂ, ਹੈਨਾ। ਸੋ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ। ਮੈਂ ਆਪ ਦੀ ਰਾਏ ਦਿੰਦਾ ਵਾਂ, ਮੈਂ ਧਰਮ ਪਰਿਵਰਤਨ ਦੇ ਖਿਲਾਫ ਹਾਂ, ਪਰ ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਹਾਂ। ਜੇ ਕੋਈ ਆਪਣੀ ਮਨ ਮਰਜ਼ੀ ਨਾਲ ਧਰਮ ਛੱਡਣਾ ਚਾਹੁੰਦਾ ਤੇ ਮੈਂ ਕਹਿੰਦਾ ਹੁੰਦਾ ਬਾਈ ਜੀ ਖੁੱਲਾ ਅਸਮਾਨ ਹੈ, ਫਿਰ ਤੇਰੀ ਮਰਜ਼ੀ ਹੈ, ਹੈਨਾ। ਮੈਂ ਇਹ ਸੋਚਦਾ ਮਾਲਕ ਹਾਂ, ਜੇ ਤੁਸੀਂ ਇਹ ਕਾਨੂੰਨ ਬਣਵਾ ਦਿੰਦੇ ਹੋ ਤੇ ਉਸ ਬੰਦੇ ਦੀ ਧਾਰਮਿਕ ਆਜ਼ਾਦੀ ਦੇ ਉੱਪਰ ਬੜਾ ਵੱਡਾ ਡਾਕਾ ਪੈ ਜਾਏਗਾ। ਮੁੱਖ ਸਾਹਿਬ, ਜੇ ਕਾਨੂੰਨ ਬਣ ਵੀ ਜਾਂਦਾ ਕਿ ਧਰਮ ਪਰਿਵਰਤਨ ਨਹੀਂ ਹੁੰਦਾ, ਤੁਹਾਨੂੰ ਲੱਗਦਾ ਕਿ ਧਰਮ ਪਰਿਵਰਤਨ ਰੁਕ ਜਾਊਗਾ ਕਾਨੂੰਨ ਆਉਣ ਦੇ ਨਾਲ? ਦੇਖੋ ਕਾਨੂੰਨ ਆਉਣ ਦੇ ਨਾਲ ਜਨਤਕ ਤੌਰ ਦੇ ਉੱਪਰ ਕਨਵਰਜ਼ਨ ਨਹੀਂ ਹੋਵੇਗੀ। ਨਹੀਂ ਮੁੱਖ ਸਾਹਿਬ, ਮੇਰਾ ਸਵਾਲ ਇਹ ਹੈ ਕਿ ਮੰਨ ਲਓ ਹੁਣ ਜੋ ਲੋਕ ਡੇਰਿਆਂ ਵਿੱਚ ਜਾਂਦੇ ਨੇ ਜਾਂ ਫਿਰ ਹੋਰ ਕਿਸੇ ਦਰਗਾਹਾਂ 'ਤੇ ਜਾਂਦੇ ਨੇ, ਹੁਣ ਉਹਨਾਂ ਲੋਕਾਂ ਦੇ ਧਰਮ ਤਾਂ ਉਹੀ ਹੋਣਗੇ ਜਿਹੜੇ ਧਰਮਾਂ ਵਿੱਚ ਹੈਗੇ ਨੇ, ਉਹਨਾਂ ਕਿਤੇ ਧਰਮ ਕਿਤੇ ਦਸਤਾਵੇਜ਼ਾਂ ਵਿੱਚ ਕਵਰ ਡਾਕੂਮੈਂਟ ਵਿੱਚ ਚੇਂਜ ਤਾਂ ਕੀਤਾ ਨਹੀਂ ਹੋਊਗਾ? ਡਾਕੂਮੈਂਟਸ ਦੇ ਵਿੱਚ ਉਹਨਾਂ ਦਾ ਧਰਮ ਉਹ ਲਿਖਿਆ ਜਾਵੇਗਾ, ਪਰ ਮਾਨਤਾਵਾਂ ਉਹਨਾਂ ਦੀਆਂ ਵੱਖਰੀਆਂ ਹੋ ਜਾਣਗੀਆਂ। ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਅਸਲ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਹੁੰਦਾ ਹੈ ਨਾ, ਜਿਵੇਂ ਆਪਾਂ ਸੁਣਦੇ ਹਾਂ, ਇਸ ਤਰੀਕੇ ਨਾਲ ਨਹੀਂ ਹੁੰਦਾ। ਇਹਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਬੜੀਆਂ ਸਮਝਣ ਵਾਲੀਆਂ ਨੇ ਵੀ ਜਿਹੜਾ ਧਰਮ ਪਰਿਵਰਤਨ ਹੁੰਦਾ ਹੈ ਨਾ, ਉਹਦੇ ਵਿੱਚ ਇਸ ਤਰੀਕੇ ਨਾਲ ਹੈ ਵੀ ਤੁਸੀਂ ਜਦੋਂ ਧਰਮ ਪਰਿਵਰਤਨ ਕਰਨਾ ਹੈ ਤਾਂ ਤੁਹਾਨੂੰ ਇੱਕ ਨੋਟਿਸ ਦੇਣਾ ਪੈਂਦਾ, ਠੀਕ ਹੈ ਜੀ? ਫਿਰ ਤੁਹਾਨੂੰ ਜਾਂ ਜ਼ਿਲ੍ਹੇ ਦੇ ਜਿਹੜੇ ਕਲੈਕਟਰ ਨੇ ਜਾਂ ਸੰਬੰਧਿਤ ਅਫਸਰ ਨੂੰ ਵੀ ਨੋਟਿਸ ਦੇਣਾ ਪੈਂਦਾ ਆ। ਫਿਰ ਤੁਹਾਨੂੰ ਇੱਕ ਐਫੀਡੇਵਿਟ ਦੇਣਾ ਪੈਂਦਾ ਆ, ਆਪਣੇ ਕਿਹੜੇ ਧਰਮ ਦੇ ਵਿੱਚ ਜਾ ਰਹੇ ਹੋ ਜਾਣਕਾਰੀਆਂ ਦੇਣੀਆਂ ਪੈਂਦੀਆਂ ਨੇ, ਧਰਮ ਗੈਜ਼ਟ ਆਫਿਸ ਦੇ ਵਿੱਚ ਜਾ ਕੇ ਤੁਹਾਨੂੰ ਇਹ ਸਾਰਾ ਕੁਝ ਰਜਿਸਟਰਡ ਕਰਵਾਉਣਾ ਪੈਂਦਾ। ਫਿਰ ਕੀ ਹੋ ਜਾਏਗਾ ਵੀ ਜੇ ਇਸ ਤਰੀਕੇ ਦਾ ਕਾਨੂੰਨ ਬਣ ਜਾਏਗਾ, ਬੰਦਾ ਇਹ ਜਿੰਨੀ ਵੀ ਇਹ ਡਾਕੂਮੈਂਟਸ ਪ੍ਰਕਿਰਿਆ ਆ,
ਇਹਨੂੰ ਨਹੀਂ ਛੇੜੇਗਾ, ਠੀਕ ਹੈ ਨਾ। ਉਹ ਮੰਨ ਲਓ ਜੇ ਇੱਕ ਸਿੱਖ ਹੈ, ਮੈਂ ਦੱਸਣਾ ਚਾਹੁੰਦਾ, ਜੇ ਇੱਕ ਸਿੱਖ ਹੈ ਹਨਾ, ਉਹ ਡਾਕੂਮੈਂਟਸ ਉਸੇ ਪ੍ਰਕਾਰ ਰਹਿਣ ਦੇਵੇਗਾ, ਲਿਖਾਈ ਵੀ ਉਸੇ ਪ੍ਰਕਾਰ ਜਾਏਗਾ, ਪਰ ਉਹਦੀਆਂ ਮਾਨਤਾਵਾਂ ਜਿਹੜੀਆਂ ਨੇ ਉਹ ਬਦਲ ਜਾਣਗੀਆਂ, ਇਸ ਤਰੀਕੇ ਨਾਲ ਹੋਣ ਲੱਗ ਪਏਗਾ। ਜੀ ਮੈਂ ਉਹੀ ਕਹਿ ਰਹੀ ਸੀ ਕਿ ਜੇ ਕਾਨੂੰਨ ਬਣ ਜਾਂਦਾ ਹੈ, ਉਹ ਕੋਈ ਠੋਸ ਤੇ ਪੱਕਾ ਤਾਂ ਇਲਾਜ ਨਹੀਂ ਹੈ ਨਾ ਧਰਮ ਪਰਿਵਰਤਨ ਨੂੰ ਰੋਕਣ ਦੇ ਲਈ। ਕੋਈ ਨਹੀਂ ਹੈ ਪੱਕਾ ਹੱਲ, ਸਿਰਫ ਇੱਕੋ ਹੀ ਹੁੰਦਾ ਹੈ। ਪਹਿਲੀ ਗੱਲ ਤੇ ਹਰ ਬੰਦੇ ਨੂੰ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ। ਹੁਣ ਜੇ ਮੈਂ ਮੰਨ ਲਓ ਇੱਥੋਂ ਕਿਸੇ ਦਾ ਪੰਜਾਬ ਛੱਡ ਕੇ ਉਹਨੂੰ ਲੱਗਦਾ ਵੀ ਮੈਂ ਕੈਨੇਡਾ ਜਾਣਾ ਚਾਹੁੰਦਾ ਵਾਂ, ਹਨਾ, ਕਿਸੇ ਵੇਲੇ ਉਹਦੀਆਂ ਮਜਬੂਰੀਆਂ ਲੈ ਕੇ ਜਾਂਦੀਆਂ ਨੇ, ਪਰ ਕਿਸੇ ਵੇਲੇ ਉੱਥੇ ਜਾ ਕੇ ਉਹਦੀਆਂ ਮਜਬੂਰੀਆਂ ਜਿਹੜੀਆਂ ਨੇ ਸੋਲਵ ਹੋ ਜਾਂਦੀਆਂ ਨੇ, ਹਨਾ, ਤੇ ਉਹਨੂੰ ਇੰਜ ਲੱਗਣ ਲੱਗ ਪੈਂਦਾ ਵੀ ਨਹੀਂ ਯਾਰ ਹੁਣ ਪੰਜਾਬ ਦੇ ਵਿੱਚ ਕੌਣ ਹੈ, ਮਾਂ ਪਿਓ ਗੁਜ਼ਰ ਗਏ ਨੇ, ਭੈਣ ਭਰਾ ਵੀ ਇੱਧਰ ਆ ਗਏ ਨੇ, ਹਨਾ, ਤੇ ਇੱਥੇ ਮੇਰੇ ਬੱਚੇ ਬੜੇ ਸੇਫ ਨੇ ਜਾਂ ਉੱਥੋਂ ਦਾ ਇਨਵਾਇਰਮੈਂਟ ਉਹਨੂੰ ਉਸ ਪ੍ਰਕਾਰ ਦਾ ਲੱਗਣ ਲੱਗ ਪੈਂਦਾ, ਉੱਥੇ ਰਹਿਣ ਲੱਗ ਪੈਂਦਾ। ਇਸ ਤਰੀਕੇ ਨਾਲ ਵੀ ਕਈ ਵਾਰੀ ਹੋ ਜਾਂਦਾ। ਸੋ ਬੜੀਆਂ ਐਸੀਆਂ ਚੀਜ਼ਾਂ ਨੇ, ਇੰਜ ਕਹਿ ਸਕਦੇ ਵੀ ਜ਼ਬਰੀ ਤੁਸੀਂ ਧਰਮ ਪਰਿਵਰਤਨ ਨਾ ਰੋਕ ਸਕਦੇ ਹੋ ਤੇ ਨਾ ਜ਼ਬਰੀ ਕਰਵਾ ਸਕਦੇ ਹੋ। ਤੇ ਜੇ ਮੰਨ ਲਓ ਤੁਹਾਨੂੰ ਲੱਗਦਾ ਵੀ ਜ਼ਬਰੀ ਕੁਝ ਹੋ ਰਿਹਾ, ਤੇ ਤੁਸੀਂ ਇੱਥੇ ਮੰਥਨ ਕਰੋ, ਇੱਥੇ ਵਿਸ਼ਲੇਸ਼ਣ ਕਰੋ ਤੇ ਇਹਦਾ ਨਤੀਜਾ ਕੱਢੋ। ਜੇ ਕੋਈ ਜ਼ਬਰੀ ਕਰਵਾ ਰਿਹਾ, ਉਹਨਾਂ ਤੇ ਬਕਾਇਦਾ ਕੋਰਟ ਦੇ ਵਿੱਚ ਉਹਨਾਂ ਨੂੰ ਘੜੀਸੋ, ਉਹਨਾਂ ਨੂੰ ਨੰਗੇ ਕਰੋ ਜੀ, ਹੈ ਨਾ। ਸੋ ਇਸ ਤਰੀਕੇ ਨਾਲ ਇਹ ਕੰਮ ਹੋ ਸਕਦੇ ਨੇ। ਮੁਕਸਰ ਗੱਗੀ ਮੈਨੂੰ ਤੁਹਾਡੇ ਕਾਫੀ ਕਹਿ ਲਓ ਕਿ ਚੰਗੇ ਮਿੱਤਰ ਨੇ, ਉਹਨਾਂ ਨੇ ਤੁਹਾਨੂੰ ਸੱਦਾ ਦਿੱਤਾ ਹੈ ਕਿ ਧਰਮ ਪਰਿਵਰਤਨ ਜੋ ਪ੍ਰੋਗਰਾਮ ਹੋਣ ਜਾ ਰਿਹਾ ਉਹ 'ਚ ਤੁਸੀਂ ਵੀ ਹਿੱਸਾ ਬਣੋ, ਤੁਸੀਂ ਸ਼ਾਮਿਲ ਹੋਵੋਗੇ ਉਸ ਪ੍ਰੋਗਰਾਮ ਦੇ ਵਿੱਚ। ਦੇਖੋ, ਗੱਗੀ ਪੰਡਿਤ ਜੀ ਦੀ ਇੱਕ ਖਾਸੀਅਤ ਹੈ, ਅੱਜ ਕੱਲ੍ਹ ਚਲੋ ਉਹਨਾਂ ਨੂੰ ਹਿੰਦੂ ਤਖਤ ਦੇ ਮੁਖੀ ਨੇ, ਮੈਂ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲੈਂਦਾ ਵਾਂ, ਬ੍ਰਹਮਾਨੰਦ ਗਿਰੀ ਉਹਨਾਂ ਦਾ ਨਾਮ ਹੈ। ਦੇਖੋ, ਗੱਗੀ ਪੰਡਿਤ ਜੀ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ, ਉਹ ਅਕਸਰ ਕੀ ਸਿੱਖ ਹਿੰਦੂ ਭਾਈਚਾਰੇ ਤੇ ਕੰਮ ਕਰਦੇ ਨੇ, ਮੈਂ ਕਹਿੰਦਾ ਕਰਨਾ ਵੀ ਚਾਹੀਦਾ। ਮੈਂ ਉਹਨਾਂ ਨੂੰ ਅਕਸਰ ਇਹ ਗੱਲ ਕਹਿੰਦਾ ਹੁੰਦਾ ਵਾਂ, ਮੈਂ ਕਹਿੰਦਾ ਵੀ ਹੋ ਸਕਦਾ 10%, 15%, 20%, ਮੰਨ ਲਓ 50% ਆਪਣੀਆਂ ਆਪਸ ਦੇ ਵਿੱਚ ਮਾਨਤਾਵਾਂ ਨਹੀਂ ਮਿਲਦੀਆਂ, ਆਪਾਂ ਉਹਨਾਂ ਨੂੰ ਨਾ ਛੇੜੀਏ। ਜਿੱਥੇ ਸਮਾਜਿਕ ਤੌਰ ਦੇ ਉੱਪਰ ਆਪਾਂ ਵਿਚਰ ਸਕਦੇ ਹਾਂ, ਆਪਾਂ ਇਕੱਠੇ ਹੋ ਕੇ ਵਿਚਰ ਲਈਏ, ਜਾਂ ਜਿੱਥੇ ਸਾਡੀਆਂ ਮਾਨਤਾਵਾਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ ਉਨੀ ਆਪਾਂ ਗੱਲ ਕਰ ਲਈਏ। ਜੇ ਗੁਜਰਾਂ ਵਾਲਾ ਮਸਲਾ ਸੀ ਤੇ ਗੱਗੀ ਪੰਡਿਤ ਨਾਲ ਖਲੋਤਾ, ਜੇ ਈਸਾਈਆਂ ਦੇ ਨਾਲ ਨਿਹੰਗ ਸਿੰਘਾਂ ਵਾਲਾ ਮਸਲਾ ਬਣਿਆ ਤੇ ਗੱਗੀ ਪੰਡਿਤ ਨਾਲ ਖਲੋਤਾ, ਹਨਾ। ਇਸ ਕਰਕੇ ਹੁਣ ਜੇ ਗੱਗੀ ਪੰਡਿਤ ਕਿਸੇ ਤਰੀਕੇ ਦੇ ਨਾਲ ਧਰਮ ਪਰਿਵਰਤਨ ਦੇ ਖਿਲਾਫ ਲਹਿਰ ਚਲਾਉਂਦਾ, ਤੇ ਮੈਂ ਗੱਗੀ ਪੰਡਿਤ ਦੇ ਨਾਲ ਹਾਂ, ਪਰ ਤਰੀਕਾ ਮੈਨੂੰ ਵੀ ਪੁੱਛਣਾ ਪਏਗਾ ਵੀ ਤਰੀਕਾ ਆਪਣਾ ਕਿਹੜਾ। ਜੇ ਕਹਿਣਗੇ ਵੀ ਗੱਡੀਆਂ ਭਜਾ ਕੇ, ਸੋਰੀ ਮੈਂ ਇੱਕ ਦੋ ਵਾਰ ਜਾ ਆਵਾਂਗਾ, ਗੱਡੀ ਦਾ ਤੇਲ ਆਪਣੇ ਪੱਲਿਓ ਪਾ ਲਵਾਂਗਾ, ਸਿਰਫ ਇਸ ਕਰਕੇ ਵੀ ਮੈਨੂੰ ਗੱਗੀ ਪੰਡਿਤ ਨੇ ਸੁਨੇਹਾ ਦਿੱਤਾ। ਤੇ ਜੇ ਗੱਗੀ ਪੰਡਿਤ ਕਹੇਗਾ ਵੀ ਆਪਾਂ ਕਿਉਂ ਨਾ ਜਿਹੜੇ ਲੋਕਾਂ ਦਾ ਧਰਮ ਪਰਿਵਰਤਨ ਹੋਇਆ ਉਹਨਾਂ ਨਾਲ ਬੈਠੀਏ, ਉਹਨਾਂ ਨੂੰ ਮਿਲੀਏ, ਉਹਨਾਂ ਨੂੰ ਜਾਣੀਏ, ਉਹਨਾਂ ਦੇ ਅੰਦਰ ਚੱਲਦਾ ਕੀ ਪਿਆ, ਵੀ ਉਹ ਆਪ ਗਏ ਨੇ ਕਿ ਉਹਨਾਂ ਦੀਆਂ ਮਜਬੂਰੀਆਂ ਲੈ ਕੇ ਗਈਆਂ ਨੇ। ਤੇ ਮੇਰੇ ਖਿਆਲ ਦੇ ਵਿੱਚ ਮੈਂ ਗੱਗੀ ਪੰਡਿਤ ਦੇ ਨਾਲ ਕਦਮ ਲਾ ਕੇ ਚੱਲਾਂਗਾ ਵੀ ਆਓ ਆਪਾਂ ਇਹ ਲੜਾਈ ਲੜੀਏ। ਸੋ ਤਰੀਕਾ ਸਾਨੂੰ ਵੇਖਣਾ ਪਏਗਾ ਵੀ ਤਰੀਕਾ ਕੀ ਹੈ, ਹਨਾ ਜੀ। ਜੀ ਮੁਖੂ ਸਾਹਿਬ, ਕਾਫੀ ਸੀ ਵਿਸਥਾਰ ਨਾਲ ਚਰਚਾ ਕੀਤੀ ਹੈ, ਹਾਲਾਂਕਿ ਜ਼ਰੂਰੀ ਹੋ ਜਾਂਦਾ ਕੁਛ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਲੋਕ ਤੁਹਾਡੇ ਤੋਂ ਸੁਣਨਾ ਪਸੰਦ ਕਰਦੇ ਨੇ। ਧੰਨਵਾਦ ਮੁਖੂ ਸਾਹਿਬ ਸਾਡੇ ਦਰਸ਼ਕਾਂ ਦੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਮਿਹਰਬਾਨੀ ਆ ਦੀਪਨ ਜੀ, ਤੁਹਾਡਾ ਵੀ ਧੰਨਵਾਦ। ਸਾਡਾ ਨਾ ਅੰਦਰ ਸੱਚਾਈ ਦੱਸਦਾ ਭਰਿਆ ਜਿਹਾ ਹੁੰਦਾ, ਉੱਪਰ ਤੁਸੀਂ ਜਦੋਂ ਸਾਨੂੰ ਥੋੜੀ ਜਿਹੀ ਟਕੋਰ ਜੀ ਦੇ ਦਿੰਦੇ ਹੋ ਤੇ ਸਾਨੂੰ ਵੀ ਅੰਦਰੋਂ ਨਾ ਉਹ ਚੀਜ਼ਾਂ ਬਾਹਰ ਕੱਢਣ ਕਰਕੇ ਥੋੜੇ ਜਿਹੇ ਹੌਲੇ ਜਿਹੇ ਹੋ ਕੇ ਪੈ ਜਾਈਦਾ। ਧੰਨਵਾਦ ਤੁਹਾਡਾ ਵੀ ਜੀ।